ਕਿਸੇ ਬੀਜੇਪੀ ਦੇ ਲੀਡਰ ਦੇ ਨੰਬਰ ਨਹੀਂ ਦਿੱਤਾ। ਬਸ ਕਹੀ ਜਾਂਦੇ 25 ਕਰੋੜ ਦਿੰਦੇ ਸੀ, ਕੋਈ ਕਹਿੰਦਾ 100 ਕਰੋੜ ਦਿੰਦੇ ਸੀਗੇ। ਕੀ ਇਹ ਮੰਨਣਯੋਗ ਗੱਲਾਂ ਹਨ? 25 ਕਰੋੜ ਰੁਪਇਆ ਦੇਣ ਵਾਸਤੇ ਪਾਰਟੀਆਂ ਜਾਂ ਇੰਡੀਵਿਜੂਅਲ ਇਦਾਂ ਟੈਲੀਫੋਨਾਂ ਤੇ ਗੱਲਾਂ ਕਰਦੇ ਨੇ। ਔਰ ਇਹ ਜਿਹੜਾ ਅਫਸੋਸ ਇਸ ਗੱਲ ਦਾ ਵਾ ਕਿ ਸਾਡਾ 4 ਦਿਨ ਸੈਸ਼ਨ ਵੇਸਟ ਕੀਤਾ ਸਿਰਫ ਆਪਣੀ ਕੇਜਰੀਵਾਲ ਦੀ ਹੋਮੇ ਨੂੰ ਪੱਠੇ ਪਾਉਣ ਵਾਸਤੇ, ਨਥਿੰਗ ਐਲਸ, ਦਿਸ ਇਜ਼ ਨਥਿੰਗ ਐਲਸ। ਕਿਉਂਕਿ ਇਸ ਸਰਕਾਰ ਨੂੰ ਕੌਣ ਤੋੜ ਰਿਹਾ ਵਾ? ਜਾਂ ਤਾਂ ਅਸੀਂ ਨੋ ਕੌਨਫੀਡੈਂਸ ਮੋਸ਼ਨ ਮੂਵ ਕਰੀਏ, 25 MLA ਸਾਈਨ ਕਰਕੇ ਦੇਈਏ ਸਪੀਕਰ ਨੂੰ, ਸਾਡੇ ਕੋਲ ਉਹਦੇ 'ਚ ਪ੍ਰੋਵੀਜ਼ਨ ਹੈਗੀ ਆ। ਮੋਸ਼ਨ ਆਫ ਕੌਨਫੀਡੈਂਸ ਦੀ ਪ੍ਰੋਵੀਜ਼ਨ ਹੀ ਹੈ ਨਹੀਂ ਪੰਜਾਬ ਦੀ ਵਿਧਾਨ ਸਭਾ ਦੇ ਰੂਲਸ ਦੇ ਵਿੱਚ। ਇਸ ਕਰਕੇ ਇਹ ਸਦਨ ਦੀ ਬਰਬਾਦੀ, ਇਹ ਰੁਪਈਆ 4-5 ਕਰੋੜ ਬਰਬਾਦ ਕਰਕੇ ਅੱਜ ਇਹਨਾਂ ਨੇ ਖੁਸ਼ ਹੋਣਾ ਕਿ ਅਸੀਂ 92-92 ਜੀ ਸਾਡੀ ਸਰਕਾਰ ਕਹਿ ਮੈਂ। ਤੁਹਾਨੂੰ ਕੌਣ ਕਹਿ ਰਿਹਾ ਤੁਹਾਡੀ ਸਰਕਾਰ? ਹਾਂ, ਬੀਜੇਪੀ ਤੋੜਦੀ ਆ ਸਰਕਾਰਾਂ। ਯੈਸ, ਦੇ ਇੰਡਲਜ ਇਨ ਹੌਸ ਟ੍ਰੇਡਿੰਗ, ਦੇ ਇੰਡਲਜ ਇਨ ਬ੍ਰਾਈਬਰੀ ਐਂਡ ਪਰਚੇਜ਼ਿੰਗ MLAs। ਯੈਸ, ਗੌਰਮੈਂਟ ਆ ਕਰਨਾਟਕਾ ਦੀ ਤੋੜੀ, ਮਹਾਰਾਸ਼ਟਰਾ ਦੀ ਤੋੜੀ, ਇਹ ਨਹੀਂ ਕਹਿੰਦੇ ਅਸੀਂ, ਪਰ ਉਹਦੇ ਕੋਲ ਆਧਾਰ ਤਾਂ ਹੋਣਾ ਚਾਹੀਦਾ ਵਾ। ਤੁਸੀਂ ਬੇਬੁਨਿਆਦ ਗੱਲ ਕਰੀ, ਜਾਂ ਤਾਂ ਤੁਹਾਡੇ 'ਚ ਜੇ ਜਾਨ ਆ ਲਓ ਅੱਜ ਸਦਨ ਦੇ ਅੰਦਰ ਰੱਖੋ ਨਾਮ। ਨੱਡੇ ਨੇ ਤੁਹਾਨੂੰ ਫੋਨ ਕੀਤਾ, ਕਿਸੇ ਅਮਿਤ ਸ਼ਾਹ ਨੇ ਕੀਤਾ, ਕਿਸੇ MP ਨੇ ਕੀਤਾ, ਜੇ ਤੁਸੀਂ ਨਾਮ ਹੀ ਨਹੀਂ ਦੱਸ ਰਹੇ ਤੇ ਅੱਜ 20 ਦਿਨ ਹੋ ਗਏ FIR ਦਰਜ ਕੀਤੀ ਨੂੰ, FIR ਨੰਬਰ 3 ਮੇਰੇ ਕੋਲ ਆ ਕਾਗਜ਼ਾਂ 'ਚ, ਦੈਨ ਹਾਊ ਕੈਨ ਯੂ ਜਸਟ ਸੇ, ਹਾਊ ਕੈਨ ਯੂ ਜਸਟ ਸੇ ਕਿ ਗਵਰਨਮੈਂਟ ਜਿਹੜੀ ਆ ਸਾਡੀ ਟੁੱਟ ਰਹੀ ਆ ਜੀ? ਕੋਈ ਤੋੜ ਨਹੀਂ ਰਿਹਾ। ਔਰ ਸਾਰੀ ਦੁਨੀਆ ਨੂੰ, ਪੰਜਾਬ ਦੇ 3.25 ਕਰੋੜ ਬੱਚੇ ਨੂੰ ਪਤਾ ਕਿ ਇਹ ਸਾਰਾ ਬਿਲਕੁਲ ਇੱਕ ਡਰਾਮਾ ਕੀਤਾ ਜਾ ਰਿਹਾ ਵਾ। ਔਰ ਸਿਰਫ ਇਸ ਕਰਕੇ ਕਿਉਂਕਿ ਕੇਜਰੀਵਾਲ ਨੇ ਦਿੱਲੀ 'ਚ ਪਾਸ ਕਰਤਾ, ਇਸ ਲਈ ਦਿੱਲੀ ਦਾ ਮਾਡਲ ਅਸੀਂ ਇੱਥੇ ਵੀ ਲਾਗੂ ਕਰਨਾ। ਔਰ ਸਾਡੇ ਜਿਹੜਾ ਅਸਲ ਇਸ਼ੂ ਸੀਗੇ, ਲਵਲੀ ਯੂਨੀਵਰਸਿਟੀ ਦੀ ਜਿਹੜੀ ਠੱਗੀ ਠੋਰੀ, ਮੈਨੂੰ ਬੋਲਣ ਨਹੀਂ ਦਿੰਦਾ ਸਪੀਕਰ ਅੰਦਰ, ਤੁਸੀਂ ਹੈਰਾਨ ਹੋਵੋਗੇ ਕਿ ਲਵਲੀ ਯੂਨੀਵਰਸਿਟੀ ਅੱਜ ਵੀ ਗੈਰ ਕਾਨੂੰਨੀ ਆ। ਉਹਨਾਂ ਨੇ 2005-06 ਵਿੱਚ ਲਵਲੀ ਯੂਨੀਵਰਸਿਟੀ ਸਟਾਰਟ ਕੀਤੀ, 2018 ਵਿੱਚ CLU ਲੈਂਦੇ ਨੇ, CLU ਲਿਆ 2,214 ਏਕੜ ਦਾ, ਯੂਨੀਵਰਸਿਟੀ ਹੈਗੀ 650 ਏਕੜ 'ਚ ਬਣੀ ਹੋਈ, 13 ਕਿੱਲੇ 100 ਕਰੋੜ ਰੁਪਏ ਦੀ ਪੰਚਾਇਤ ਦੀ ਜ਼ਮੀਨ ਝੇੜੂ ਦੀ ਹੜਪ ਕਰ ਲਈ ਆ, ਦੱਬ ਲਈ ਆ, ਬਿਲਡਿੰਗਾਂ ਪਹਿਲਾਂ ਬਣਾ ਲਈਆਂ, ਤਬਾਦਲਾ 2016 'ਚ ਹੁੰਦਾ ਵਾ, CLU ਬਾਅਦ ਵਿੱਚ ਆਉਂਦਾ ਵਾ। ਇਹਦੇ ਨਾਲੋਂ ਜ਼ਿਆਦਾ ਬੋਗਸ ਔਰ ਗੈਂਗਸਟਰ ਭੱਜ ਰਹੇ ਨੇ ਅਤੇ ਕਹਿੰਦੇ ਸੀ ਅਸੀਂ ਬਹੁਤ ਤਬਦੀਲੀ ਕਰਤੀ। ਕੇਜਰੀਵਾਲ ਕਹਿੰਦਾ ਜੀ ਜੋ ਕਾਮ ਗੁਜਰਾਤ ਜਾ ਕੇ ਲੈਕਚਰ ਕਰਦੇ ਨੇ, ਜੋ ਕਾਮ ਹਮਨੇ 6 ਮਹੀਨੇ ਮੇਂ ਕਰ ਦਿਆ, ਇਹ ਪੁਰਾਣੀ ਪਾਰਟੀਆਂ ਨੇ 75 ਸਾਲ ਮੇਂ ਨਹੀਂ ਕਿਹਾ। ਆਹ ਜਿਹੜੇ ਸਦਨ 'ਚ ਖੜ੍ਹੇ ਆ, ਇਹ ਕੇਜਰੀਵਾਲ ਨੇ ਬਣਾਇਆ ਵਾ, ਇੱਥੇ ਜਿੱਥੇ ਖੜ੍ਹੇ ਵਿਧਾਨ ਸਭਾ 'ਚ ਹੈਰੀਟੇਜ ਕੰਪਲੈਕਸ ਆ, ਜਿਹੜਾ ਭਾਖੜਾ ਡੈਮ ਉਹ ਕੇਜਰੀਵਾਲ ਨੇ ਬਣਾਇਆ ਵਾ, PGI ਕੇਜਰੀਵਾਲ ਨੇ ਬਣਾਇਆ ਵਾ, ਚੰਡੀਗੜ੍ਹ ਕੇਜਰੀਵਾਲ ਨੇ ਬਣਾਇਆ ਵਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਸਾਡੇ ਹਰੀ ਕ੍ਰਾਂਤੀ ਲੈ ਕੇ ਉਹ ਕੇਜਰੀਵਾਲ ਨੇ ਬਣਾਈ ਹੈ, ਦਰਿਆਵਾਂ ਨੂੰ ਬੰਨ ਕੇਜਰੀਵਾਲ ਨੇ ਲਾਇਆ। ਵਾਟ ਸਟੂਪਿਡ ਆਰਗੂਮੈਂਟ। ਔਰ ਮੈਂ ਤਾਂ ਗੁਜਰਾਤ ਅਤੇ ਹਿਮਾਚਲ ਦੇ ਵੋਟਰਸ ਨੂੰ ਰਿਪੀਟਿਡਲੀ ਕਹੂੰਗਾ ਕਿ ਭਾਈਓ ਬਹਿਨੋ ਪਚ ਜਾਓ, ਇਹ ਇਤਨੇ ਫਰਜ਼ੀ ਲੋਕ ਹੈ, ਇਤਨੇ ਫਰਜ਼ੀ ਹੈ, ਜੋ ਵੀ ਕਾਮ ਆਪ ਆਪਣੇ ਆ ਜੋ ਵਾਇਦਾ ਕਰਤੇ ਉਸਕੇ 100% ਉਲਟ ਕਾਮ ਕਰ ਰਹੇ ਹੈਂ। ਇਨਕੇ ਪਾਸ ਸੁਪਰ VIPs ਹੈ, 100-100 ਗਾੜੀ ਕਾ ਕਾਫਲਾ ਹੈ, ਹਜ਼ਾਰ ਆਦਮੀ ਸਿਕਿਉਰਿਟੀ ਕਾ ਹੈ, ਇਨਕਾ ਜੋ ਫਾਊਂਡੇਸ਼ਨ ਸਟੋਨ ਹੈ, ਇਨਕੇ ਪਰਿਵਾਰ ਕੇ ਲੋਕ ਫਾਊਂਡੇਸ਼ਨ ਸਟੋਨ ਰੱਖ ਰਹੇ ਹੈਂ। ਆਪ ਨਾਮ ਲੇ ਔਰ ਜਿਸਕੀ ਚੀਜ਼ ਕੀ ਧੱਜੀਆਂ ਇਹਨੋਨੇ ਨਹੀਂ ਅੜਾਈ, ਯੇ ਸੁਪਰ 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 VIP ਲੋਕ ਹੈ, ਯੇ ਆਮ ਆਦਮੀ ਨਹੀਂ ਹੈ।